Hi everyone, oh my god. ਮੇਰੀ ਵੌਇਸ ਅਜੇ ਤੱਕ ਬਿਲਕੁਲ ਠੀਕ ਨਹੀਂ ਹੋਈ ਹੈਗੀ ਸੀ ਦੇਖ ਲਓ ਕੈਨੇਡਾ ਦਾ ਜਿਹੜੇ ਫਲੂ ਹੁੰਦੇ ਨੇ ਉਹ ਕਿੰਨੇ ਡੈਡਲੀ ਹੁੰਦੇ ਨੇ ਇਸ ਵਾਰ ਤਾਂ ਮੇਰੇ ਤੇ ਬਹੁਤ ਜ਼ਿਆਦਾ ਬੁਰਾ ਇਫੈਕਟ ਹੋਇਆ ਐਨੀਵੇਸ ਚਲੋ ਇਹ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਅੱਜ ਇੱਕ ਤਰੀਕ ਹੈਗੀ ਹੈ ਇੱਥੇ ਸਪਟੰਬਰ 22 ਕੈਨੇਡਾ ਦੇ ਇਮੀਗ੍ਰੇਸ਼ਨ ਨੇ ਇੱਕ ਨਵੀਂ ਅਨਾਉਂਸਮੈਂਟ ਕੀਤੀ ਹੈ ਆਫੀਸਰ ਨੇ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਪੈਣਾ ਹੁਣ ਆਪਣੇ ਸਟੂਡੈਂਟਸ ਤੇ ਜਿਹੜੇ ਅਗਲੇ 2 ਸਾਲਾਂ ਲਈ ਸਪਟੰਬਰ ਇਹ ਜਿਹੜਾ ਰੂਲ ਨਵਾਂ ਸ਼ੁਰੂ ਹੋਣਾ ਹੈ ਇਹ ਸ਼ੁਰੂ ਅਪਲਾਈ ਹੋਣਾ ਹੈ ਸਪਟੰਬਰ 1 2024 ਤੋਂ ਜਿਸ ਵਿੱਚ ਜਿਹੜੇ ਅਗਲੇ 2 ਸਾਲ ਲੇਕ ਜੋ ਵੀ ਸਟੂਡੈਂਟ ਇੱਥੇ ਆਉਣਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤੇ ਜਾਣਗੇ ਤੇ ਦੂਜਾ ਰੀਜ਼ਨ ਹੈਗਾ ਉਹਨਾਂ ਨੇ ਜੋ ਇੱਕ ਹੋਰ ਅਪਲਾਈ ਕੀਤੀ ਹੈ ਕਿ ਜੇ ਤੁਸੀਂ ਐਜ਼ ਅ ਸਟੂਡੈਂਟ ਇੱਥੇ ਆਇਓ ਪਰ ਤੁਸੀਂ ਕੋਈ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋ ਪੀ ਐਚ ਡੀ ਕਰ ਰਹੇ ਹੋ ਮੈਡੀਕਲ profession ਚ ਕੁਝ ਕਰ ਰਹੇ ਹੋ ਡਾਕਟਰੀ ਦਾ ਕੁਝ ਕਰ ਰਹੇ ਹੋ ਫਿਰ ਤੁਸੀਂ ਆਪਣੇ ਸਪਾਊਸ ਨੂੰ ਬੈਕ ਕੰਟਰੀ ਤੋਂ ਬੁਲਾ ਸਕਦੇ ਹੋ ਬਟ ਜੇ ਤੁਸੀਂ ਕੋਈ ਛੋਟੇ ਕੋਰਸ ਲੈ ਰਹੇ ਹੋ ਜਿਦਾ ਫੋਰ ਐਗਜ਼ਾਮਪਲ ਮੈਨੂੰ ਜੇ ਲੱਗਦਾ ਕਿ ਜਿਹੜਾ ਗ੍ਰੇਡ 12th ਕਰਕੇ ਤੁਸੀਂ ਇੱਥੇ ਆ ਜਾਂਦੇ ਹੋ ਛੋਟੇ ਕੋਰਸਸ ਜਾਂ ਡਿਪਲੋਮਸ ਕਰ ਰਹੇ ਹੋ ਅੰਡਰ ਜੋਸ਼ਨ ਦੇ ਆਕੇ ਉਹਦੇ ਵਿੱਚ ਤੁਸੀਂ ਆਪਣੇ ਬੈਕ ਕੰਟਰੀ ਜਿਹੜੇ ਤੁਹਾਡੇ ਸਪਾਊਸ ਹੈਗੇ ਨੇ ਉਹਨਾਂ ਨੂੰ ਤੁਸੀਂ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਉਹਨਾਂ ਨੂੰ ਤੁਸੀਂ ਇੱਥੇ ਨਹੀਂ ਬੁਲਾ ਸਕਦੇ ਹੈਗੇ ਸੋ ਜਿਹੜੇ ਚੇਂजेस ਕੀਤੇ ਜਾ ਰਹੇ ਨੇ ਇਹ ਕਿਉਂਕਿ ਕੈਨੇਡਾ ਵਿੱਚ ਇੰਨੀ ਜ਼ਿਆਦਾ ਪੋਪੂਲੇਸ਼ਨ ਹੋ ਚੁੱਕੀ ਹੈ ਜੌਬਸ ਦੀ ਪ੍ਰੋਬਲਮ ਹੋ ਚੁੱਕੀ ਇਨਫਲੇਸ਼ਨ ਵੱਧ ਚੁੱਕੀ ਹੈ ਤੇ ਬਹੁਤ ਇੱਥੇ ਲੋਕ ਕੰਪਲੇਂਟਸ ਕਰ ਰਹੇ ਨੇ ਕਿ ਇਹਨੂੰ ਕੰਟਰੋਲ ਕੀਤਾ ਜਾ ਕੀਤਾ ਕੀਤਾ ਜਾਵੇ ਸਟੂਡੈਂਟਸ ਬਹੁਤ ਆ ਚੁੱਕੇ ਨੇ ਜਿਹੜੇ ਦੂਜੇ ਰਿਫਿਊਜ਼ਸ ਨੂੰ ਬਹੁਤ ਬੁਲਾਇਆ ਜਾ ਰਿਹਾ ਤੇ ਹੁਣ ਜਿਹੜੀ ਇਥੋਂ ਦੀ ਇਮੀਗ੍ਰੇਸ਼ਨ ਹੈਗੀ ਆ ਸਭ ਤੋਂ ਜ਼ਿਆਦਾ ਸਿਕੰਜਾ ਕੱਸ ਰਹੀ ਹੈ ਵਿਚ ਉਹਨਾਂ ਨੇ ਫੀਸ ਡਬਲ ਕਰ ਦਿੱਤੀਆਂ ਨੇ ਹੋਪਫੁਲੀ ਫॉर ਨੈਕਸਟ 2-3 ਇਅਰਸ ਜੈਦਾ ਕੋਈ ਹੋਰ ਹੱਲ ਹੋਵੇ ਕਿ ਕੋਈ ਨਾ ਕੋਈ ਉਹਨਾਂ ਲਈ ਈਜ਼ੀ ਵੇ ਕੀਤਾ ਜਾਵੇ ਸਟੂਡੈਂਟਸ ਲਈ ਪਰ ਬਟ ਫॉर ਟਾਈਮ ਬਿੰਗ ਇਹ ਉਹਨਾਂ ਨੇ ਇੱਕ ਟੈਂਪੋਰਰੀ ਚੇਂਜ ਕੀਤਾ ਹੈ ਨੈਕਸਟ 2 ਇਅਰਸ ਲਈ ਇੱਕ ਤਾਂ ਫੀਸ ਡਬਲ ਹੋ ਗਈ ਹੈ ਆਲਰੇਡੀ ਕੀਤੀ ਹੋਈ ਹੈ ਇਹਨਾਂ ਨੇ ਤੇ ਦੂਜੀ ਹੋ ਗਈ ਕਿ ਤੁਸੀਂ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕਦੇ ਜੇ ਕੋਈ ਤੁਸੀਂ ਪੋਸਟ ਗ੍ਰੈਜੂਏਸ਼ਨ ਨਹੀਂ ਕਰ ਰਹੇ ਹੋਗੇ ਇੱਥੇ ਤੇ ਦੂਜੀ ਗੱਲ ਹੈਗੀ ਤੁਹਾਨੂੰ ਕੋਈ ਵਰਕ ਪਰਮਿਟ ਨਹੀਂ ਮਿਲਦਾ ਹੈਗਾ ਸੋ ਤੁਸੀਂ ਸੋਚ ਕੇ ਇੱਥੇ ਅਪਲਾਈ ਕਰੋ ਨੈਕਸਟ 2-3 ਇਅਰਸ ਦਾ ਥੋੜੇ ਹਾਰਡ ਹੈ ਕਿ ਨੈਕਾ অলরেডি বহুত পুরা ਹਾਲ ਹੈ ਬਟ ਹੋਪਫੁਲੀ ਛੇਤੇ ਛੇਤੇ ਕੋਈ ਚੇਂਜਸ ਆਵੇ ਤੇ ਜਿਹੜਾ ਆਪਣੇ ਸਟੂਡੈਂਟ ਹੈਗੇ ਉਹਨਾਂ ਲਈ ਵੀ ਥੋੜਾ ਈਜ਼ੀ ਹੋਵੇ ਬਟ ਦੈਟਸ ਦਾ ਮੇਨ ਅ ਅਨਾਉਂਸਮੈਂਟ ਉਹਨਾਂ ਨੇ ਜੋ ਕੀਤੀ ਹੈਗੀ ਤੇ ਆਫਕੋਰਸ ਇਹ ਸਿੱਧਾ ਸਿੱਧਾ ਜਿਹੜੇ ਆਪਣੇ ਸਟੂਡੈਂਟਸ ਹੈਗੇ ਨੇ ਉਹਨਾਂ ਤੇ ਅਫੈਕਟ ਪਾ ਰਹੀ ਆ ਨੈਕਸਟ ਟਾਈਮ ਕਿਸੇ ਹੋਰ ਵੀਡੀਓ ਚ ਮਿਲਦੀ ਆ ਬਟ ਉਦੋਂ ਤੱਕ ਹੋਪਫੁਲੀ ਮੇਰੀ ਆਵਾਜ਼ ਵੀ ਥੋੜੀ ਜਿਹੀ ਠੀਕ ਹੋ ਜਪੇ ਬਟ ਅਜੇ ਵੀ ਬਹੁਤ ਜ਼ਿਆਦਾ ਠੀਕ ਹੋਣ ਲੋੜ ਹੈਗੀ ਆ ਨੈਕਸਟ ਵੀਡੀਓ ਚ ਫੇਰ ਮਿਲਦੇ ਆ ਉਦੋਂ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਸਸਕੀ ਕਾਲ ਟੇਕ ਕੇਅਰ ਐ